Yandan gözlerim yanan sar canan sakte varda sakınan ki jin kal rakhi meri yandan किछु करुण न जाना नाहिं निर्मल करनी साध संगत के अंचल लाभो दिखुम नदी जाय तरनी श्री वाहिगुरु जी राग तनासरी पानी भगत कबीर जी की एक ओंकार सतगुर प्रसाद संत सनंद महेश समाना शेख नाग तेरो मन न जाना संत सनंद महेश समाना शेख नाग तेरो मन न जाना संत संगत राम हृदय बसाई हनुमान सर करण समाना सुरपत नरपत नहीं पुण जाना चार वेद अर सिमरत प्रणाम कबला पत कबला नहीं जाना कबीर सो पर मैं नाही पग लग राम रह सर नाही कह कबीर सो पर मैं नाही पग लग राम रह सर नाही वाहिगुरु जी का खालसा वाहिगुरु फतेह परस्कार योग गुरु रूप साध सिंह जी आप जी ने जो वचन श्रवण किए हैं भगत कबीर जी की रचना हैं श्री गुरु ग्रंथ साहब जी महाराज विच राग तनासरी अंदर अनंक 691 और 692 ऊपर अंकित हैं। इस शब्द में कबीर जी ने अकाल पुरख की वाहिगुरु की बेअंतता का जिक्र किया है। असी सारे चाहते हाँ कि सानू पता लगे रब की है परमात्मा की है परमेश्वर की है। भगत कबीर जी कह रहे हैं कि परमेश्वर को समझना किसी दे भी बस की गल नहीं, वो समझने तो उपर की चीज है, वड़े वड़े उस नू समझ नहीं सके। फिर सानू चाहिए की है भगत जी का उपदेश है कि सत्संग विच आके अकाल पुरख नू प्रभु नू राम नू अपने हिरदे विच बसाओ। सत्संग विच बैठ के उहदा नाम जपो सिमरन करो उहदे नाल जुड़ जाओ। इहदे विच ही सब कुछ है, होर बहुतियां गल्लां विच पैण दी लोड़ नहीं।
ਰਹਾਉ ਦੀ ਪੰਕਤੀ ਵਿੱਚ ਫਰਮਾ ਰਹੇ ਹਨ ਸੰਤ ਸੰਗਤ ਰਾਮ ਹਿਰਦੈ ਵਸਾਈ ਸੰਤ ਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਸਤਸੰਗੀਆਂ ਕੋਲ ਆ ਕੇ ਰਾਮ ਨੂੰ ਪਰਮਾਤਮਾ ਨੂੰ ਵਾਹਿਗੁਰੂ ਨੂੰ ਹਿਰਦੈ ਆਪਣੇ ਹਿਰਦੇ ਵਿੱਚ ਦਿਲ ਵਿੱਚ ਵਸਾ ਲਓ ਇਹ ਸੰਦੇਸ਼ ਹੈ ਪ੍ਰਭੂ ਦੇ ਨਾਲ ਮਨੁੱਖ ਇਸ ਤਰ੍ਹਾਂ ਨਹੀਂ ਜੁੜ ਸਕਦਾ ਹੈ ਸਤਸੰਗ ਵਿੱਚ ਆ ਕੇ ਕਰ ਸਕਦਾ ਸ਼ਬਦ ਆਰੰਭ ਕਰਦੇ ਹੋਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਹ ਪ੍ਰਭੂ ਇੱਕ ਹੈ ਔਰ ਸਤਿਗੁਰੂ ਦੇ ਪ੍ਰਸਾਦ ਨਾਲ ਕਿਰਪਾ ਨਾਲ ਬਖਸ਼ਿਸ਼ ਨਾਲ ਸਾਨੂੰ ਮਿਲ ਸਕਦਾ ਹੈ ਭਗਤ ਜੀ ਫਰਮਾ ਰਹੇ ਹਨ ਹਿੰਦੂ ਮਾਈਥੋਲੋਜੀ ਦੇ ਵਿੱਚੋਂ ਭਾਰਤੀ ਇਤਿਹਾਸ ਦੇ ਵਿੱਚੋਂ ਅਨੇਕਾਂ ਮਿਸਾਲਾਂ ਮਿਲੇ ਸੰਤ ਸੁਨੰਦ ਮਹੇਸ਼ ਸਮਾਨਾ ਪੁਰਾਣੀ ਹਿੰਦੂ ਮਾਈਥੋਲੋਜੀ ਦੇ ਅਨੁਸਾਰ ਤਿੰਨ ਪ੍ਰਮੁੱਖ ਦੇਵਤੇ ਮੰਨੇ ਜਾਂਦੇ ਨੇ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਸ਼ਿਵ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਐਡੇ ਐਡੇ ਵੱਡੇ ਨੂੰ ਦੇਵਤੇ ਵੀ ਕਹੇ ਜਾਂਦੇ ਹਨ ਉਹ ਵੀ ਵਾਹਿਗੁਰੂ ਦੀ ਲੀਲਾ ਨੂੰ ਉਹਦੀ ਗਿਣਤਾ ਨੂੰ ਸਮਝ ਨਹੀਂ ਸਕੇ ਬ੍ਰਹਮਾ ਦੇ ਚਾਰ ਪੁੱਤਰ ਮੰਨੇ ਹਨ ਭਾਰਤੀ ਮਿਥਿਹਾਸ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੰਗ ਹੈ ਇੱਕ ਦਾ ਨਾਮ ਸੁਨੰਦ ਹੈ ਇੱਕ ਦਾ ਨਾਮ ਸਨਾਤਨ ਹੈ ਇੱਕ ਦਾ ਨਾਮ ਸੰਤ ਕੁਮਾਰ ਹੈ ਸੋ ਦੋਵਾਂ ਦਾ ਜ਼ਿਕਰ ਇੱਥੇ ਕਰ ਰਹੇ ਹਨ ਸੰਤ ਸੁਨੰਦ ਬ੍ਰਹਮਾ ਜੀ ਜਿਨ੍ਹਾਂ ਨੇ ਆਪਣੇ ਮੁੱਖ ਤੋਂ ਵੇਦਾਂਤ ਦਾ ਉਚਾਰਨ ਕੀਤਾ ਮੰਨਿਆ ਜਾਂਦਾ ਹੈ ਭਗਤ ਜੀ ਕਹਿ ਰਹੇ ਨੇ ਕਿ ਉਹਨਾਂ ਦੇ ਪੁੱਤਰ ਜੋ ਵਿਦਵਾਨ ਸਨ ਬੜੇ ਪਹੁੰਚੇ ਹੋਏ ਗਿਆਨੀ ਔਰ ਸੰਤ ਸਨ ਔਰ ਮਹੇਸ਼ ਸ਼ਿਵ ਜੋ ਸਾਰੇ ਸੰਸਾਰ ਨੂੰ ਸਮੇਟਣ ਵਾਲੇ ਦੇਵਤੇ ਮੰਨੇ ਜਾਂਦੇ ਨੇ ਸਮਾਨਾ ਇਸ ਤਰ੍ਹਾਂ ਦੇ ਹੋਰ ਵੀ ਬਰਾਬਰ ਇਹਦੇ ਬਰਾਬਰ ਸਮਾਨ ਮੈਨੂੰ ਬਰਾਬਰ ਇਸ ਤਰ੍ਹਾਂ ਦੇ ਹੋਰ ਵੀ ਜੋ ਹਨ ਇੱਕ ਸੇਖ ਨਾਮ ਜਿਹਨੂੰ ਸੰਸਕ੍ਰਿਤ ਵਿਸ਼ੇਸ਼ ਨਾਮ ਕਹਿੰਦੇ ਹਨ ਜਿਸਦੇ 1000 ਫਨ ਹਨ ਔਰ ਕਿਹਾ ਜਾਂਦਾ ਹੈ ਕਿ ਵਿਸ਼ਨੂੰ ਭਗਵਾਨ ਜਦ ਉਤਾਰਦੇ ਹਨ ਤਾਂ ਸ਼ੇਸ਼ ਨਾਗ ਉਹਨਾਂ ਦੇ ਸਿਰ ਉੱਤੇ ਛਾਂ ਕਰਦਾ ਹੈ 1000 ਫਨ ਫੈਲਾ ਕੇ ਔਰ ਇਹ ਵੀ ਵਿਚਾਰ ਹੈ ਕਿ ਉਹ ਸ਼ੇਸ਼ ਨਾਗ ਜੋ ਹੈ ਉਹ ਆਪਣੇ 1000 ਫਨ ਵਿੱਚੋਂ 1000 ਜੀਵਾਂ ਦੁਆਰਾ ਭਗਵਾਨ ਦਾ ਨਾਮ ਜਪਦਾ ਹੈ ਇੱਕ ਉਹਦੀ ਮਿਸਾਲ ਵੀ ਦੇ ਰਿਹਾ ਕਹਿੰਦੇ ਇਹ ਪ੍ਰਭੂ ਹੇ ਵਾਹਿਗੁਰੂ ਹੇ ਪਰਮਾਤਮਾ ਇਹ ਇਤਨੇ ਵੱਡੇ ਵੱਡੇ ਦੇਵੀ ਦੇਵਤੇ ਮੰਨੇ ਗਏ ਨੇ ਪਰ ਤੇਰੇ ਭੇਦ ਨੂੰ ਇਹ ਨਹੀਂ ਪਾ ਸਕੇ ਤੈਨੂੰ ਇਹ ਵੀ ਨਹੀਂ ਜਾਣ ਸਕੇ ਔਰ ਸਰਵਣ ਕਰੀਏ ਸਰਨ ਕ੍ਰਿਸ਼ਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਨ ਜਾਣਾ ਮਰੂ ਭੇਦ ਸੀਕ੍ਰਿਟ ਤੇਰੀ ਬੇਅੰਤਤਾ ਦਾ ਭੇਦ ਨਾ ਸ਼ੇਸ਼ ਨਾਗ ਨੂੰ ਲੱਗ ਸਕਿਆ ਨਾ ਸੰਤ ਨੂੰ ਨਾ ਸੁਨੰਦ ਨੂੰ ਨਾ ਸ਼ਿਵ ਨੂੰ ਲੱਗ ਸਕਿਆ ਸਾਰੇ ਤੇਰੇ ਭੇਦ ਪਾਉਣ ਦੇ ਲੱਗੇ ਹੋਏ ਤੇਰਾ ਭੇਦ ਕਿਵੇਂ ਪਵੇਗਾ ਕਿਉਂਕਿ ਸਭ ਫਰਮਾ ਰਹੇ ਨੇ ਸੰਤ ਸੰਗਤ ਰਾਮ ਹਿਰਦੈ ਵਸਾਈ ਫਿਰ ਉਦੋਂ ਪਤਾ ਲੱਗੇਗਾ ਜਦੋਂ ਅਸੀਂ ਸਤਸੰਗ ਵਿੱਚ ਆ ਕੇ ਉਹਦੇ ਨਾਲ ਜੁੜ ਜਾਵਾਂਗੇ ਉਹਨੂੰ ਹਿਰਦੇ ਵਿੱਚ ਵਸਾ ਲਵਾਂ ਰਹਾਓ ਅੱਗੇ ਹੋਰ ਮਸਾਲਾ ਦੇ ਰਹੇ ਹਨ ਹਨੂਮਾਨ ਸਾਗਰ ਸਮਾਨਾ ਹਨੂਮਾਨ ਰਾਮ ਜੀ ਦਾ ਭਗਤ ਰਾਮ ਚੰਦਰ ਜੀ ਦਾ ਭਗਤ ਜਿਹੜਾ ਸੰਜੀਵਨੀ ਬੂਟੀ ਵੀ ਪੂਰੇ ਪਹਾੜ ਨੂੰ ਉਠਾ ਲਿਆ ਹੈ ਇਤਨਾ ਬਲੀ ਮਹਾਬਲੀ ਔਰ ਗਰੜ ਜਿਹੜਾ ਭਗਵਾਨ ਵਿਸ਼ਨੂੰ ਦਾ ਵਾਹਨ ਸਮਝਿਆ ਜਾਂਦਾ ਹੈ ਔਰ ਪੰਛੀਆਂ ਦਾ ਰਾਜਾ ਸਮਝਿਆ ਜਾਂਦਾ ਹੈ ਕਹਿੰਦੇ ਹਨ ਇਹਨਾਂ ਨੇ ਵੀ ਤੇਰੇ ਭੇਦ ਨੂੰ ਨਹੀਂ ਪਾਇਆ ਹਨੂਮਾਨ ਸਾਰੇ ਨਾ ਹਨੂਮਾਨ ਵਰਗਿਆਂ ਨੇ ਨਾ ਗਰੜ ਸਮਾਨਾ ਗਰੜ ਵਰਗਿਆਂ ਨੇ
ਸੁਰਪਤ ਨਰਪਤ ਨਹੀਂ ਗੁਣ ਜਾਣਾ। ਸੁਰਪਤ ਦੇਵਤਿਆਂ ਦੇ ਰਾਜੇ ਪਤੀ ਮੇ ਰਾਜਾ ਸੁਰਮਿਣ ਦੇਵਤਾ, ਸੁਰਪਤ ਜਿਹੜਾ ਦੇਵਤਿਆਂ ਦਾ ਰਾਜਾ ਹੈ, ਮਤਲਬ ਇੰਦਰ ਜਿਹੜਾ ਸਵਰਗ ਦਾ ਰਾਜਾ ਹੈ। ਨਾ ਤਾਂ ਤੈਨੂੰ ਸਵਰਗ ਦਾ ਰਾਜਾ ਇੰਦਰ ਸਮਝ ਸਕਿਆ ਹੈ। ਨਰਪਤ ਨਰਪਤ ਨਰਮੈ ਨੇ ਪੁਰਸ਼, ਪਤੀ ਮੈਂ ਰਾਜਾ। ਇਸ ਸੰਸਾਰ ਵਿੱਚ ਜਿੰਨੇ ਵੀ ਰਾਜੇ ਹਨ, ਮਨੁੱਖਾਂ ਦੇ ਰਾਜੇ ਜਿਹੜੇ ਅਸੀਂ ਚੁਣੇ ਹੋਏ ਨੇ, ਨਾ ਤਾਂ ਦੇਵਤਿਆਂ ਦੇ ਰਾਜੇ ਤੈਨੂੰ ਸਮਝ ਸਕੇ, ਨਾ ਮਨੁੱਖਾਂ ਦੇ ਰਾਜੇ ਇਸ ਧਰਤੀ ਦੇ ਰਾਜੇ ਤੈਨੂੰ ਸਮਝ ਸਕੇ। ਸੁਰ ਭਗਤ ਨਰ ਭਗਤ ਨਹੀਂ ਗੁਣ ਜਾਣਾ, ਤੇਰੇ ਗੁਣਾਂ ਨੂੰ ਕੋਈ ਜਾਣ ਨਹੀਂ ਸਕੇ। ਇੱਥੇ ਹੀ ਬਸ ਨੇ ਇੱਕ ਹੋਰ ਮਿਸਾਲ ਦੇ ਰਹੇ ਹਨ। ਚਾਰ ਵੇਦ ਚਾਰ ਵੇਦ ਗਿਆਨ ਦੇ ਭੰਡਾਰ ਹਨ। ਸਭ ਤੋਂ ਪੁਰਾਣੇ ਗ੍ਰੰਥ ਹਨ ਸੰਸਕ੍ਰਿਤ ਦੇ, ਜਿਹਨਾਂ ਵਿੱਚ ਭਗਵਾਨ ਦੀ ਮਹਿਮਾ ਕੀਤੀ ਗਈ। ਪਰ ਉਹ ਵੀ ਅਖੀਰ ਤੇ ਨੇਤ ਨਿਤ ਕਹਿ ਕੇ ਚੁੱਪ ਕਰ ਜਾਂਦੇ ਹਨ, ਪੂਰਾ ਉਹ ਵੀ ਗਿਆਨ ਨਹੀਂ ਕਰ ਸਕੇ। ਭਗਤ ਜੀ ਕਹਿੰਦੇ ਕਿ ਚਾਰੇ ਵੇਦ ਵੀ ਗੱਲ ਨਹੀਂ ਕਰ ਸਕੇ। ਪਰ ਸਿਮਰਤ ਸਿਮਰਤੀਆਂ ਵੀ ਸਾਡੇ ਪੁਰਾਣੇ ਗ੍ਰੰਥ ਹਨ ਜੋ ਰਿਸ਼ੀਆਂ ਦੇ ਰਚੇ ਹੋਏ ਹਨ। ਸਿਮਰਤੀ ਇਸ ਕਰਕੇ ਕਹਿੰਦੇ ਨੇ ਕਿਉਂਕਿ ਉਹ ਸਿਮਰਤੀ ਦਾ ਮਤਲਬ ਯਾਦਾਸ਼ਤ ਮੈਮਰੀ, ਯਾਦ ਕਰ ਕਰਕੇ ਉਹ ਲਿਖੇ ਹੋਏ ਹਨ। ਗਿਣਤੀ ਵਿੱਚ 18 ਦਸਤਾਈ ਕਹਿ ਜਾਂਦੇ ਹਨ। ਕਹਿੰਦੇ ਹਨ ਕਿ ਸਿਮਰਤੀਆਂ ਵੀ ਇਹ ਪ੍ਰਭੂ ਕਹਿਣ ਨਹੀਂ ਜਾਣ ਸਕੀਆਂ। ਪੁਰਾਣਾ 18 ਪੁਰਾਣ ਹਨ ਗੁਰੂ ਧਰਮ ਦੇ। ਨਾ ਤੈਨੂੰ ਸਿਮਰਤੀਆਂ ਸਮਝ ਸਕੀਆਂ, ਨਾ ਤੈਨੂੰ ਵੇਦ ਸਮਝ ਸਕੇ, ਨਾ ਤੈਨੂੰ ਪੁਰਾਣ ਸਮਝ ਸਕੇ। ਤੂੰ ਬਹੁਤ ਵੱਡੀ ਚੀਜ਼ ਹੈ, ਤੈਨੂੰ ਸਾਰੇ ਹੀ ਗਿਆਨ ਦੇ ਪੁਸਤਕ ਨਹੀਂ ਸਮਝ ਸਕੇ। ਕਮਲਾ ਪਤ ਕਮਲਾ ਨਹੀਂ ਜਾਣਾ, ਕਮਲਾ ਪਤ ਵਿਸ਼ਨੂੰ ਨੂੰ ਕਹਿੰਦੇ ਹਨ। ਕਮਲਾ ਲਕਸ਼ਮੀ ਹੈ, ਉਹਦਾ ਪਤੀ ਕਮਲਾ ਪਤ ਵਿਸ਼ਨੂੰ ਹੈ, ਕਮਲਾ ਲਕਸ਼ਮੀ ਦਾ ਨਾਂ ਹੈ। ਨਾ ਤਾਂ ਤੈਨੂੰ ਲਕਸ਼ਮੀ ਸਮਝ ਸਕੀ, ਨਾ ਤੈਨੂੰ ਭਗਵਾਨ ਵਿਸ਼ਨੂੰ ਸਮਝ ਸਕੇ। ਤੂੰ ਇਹਨਾਂ ਸਭ ਤੋਂ ਉੱਪਰ ਹੈ, ਤੂੰ ਬੇਅੰਤ ਹੈ, ਤੇਰੀ ਬੇਅੰਤਤਾ ਨੂੰ ਕੋਈ ਜਾਣ ਨਹੀਂ ਸਕਦਾ। ਅਤੇ ਫਾਈਨਲ ਗੱਲ, ਆਖਰੀ ਗੱਲ ਕੀ ਹੈ? ਕਬੀਰ ਸਾਹਿਬ ਕਹਿ ਰਹੇ ਨੇ, ਕਹਿ ਕਬੀਰ ਸੋ ਪਰ ਮੈਂ ਨਾਹੀਂ। ਕਬੀਰ ਸਾਹਿਬ ਕਹਿੰਦੇ ਨੇ ਕਿ ਉਹ ਮਨੁੱਖ ਜਿਹੜੇ ਭਰਮ ਵਿੱਚ ਨਹੀਂ ਪਏ, ਉਹਨਾਂ ਨੂੰ ਕੋਈ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਪਈ ਕਿ ਵਾਹਿਗੁਰੂ ਕੀ ਹੈ, ਪਰਮਾਤਮਾ ਕੀ ਹੈ, ਇਹਨਾਂ ਚੱਕਰਾਂ ਵਿੱਚ ਪੈਣ ਦੀ ਕੋਈ ਲੋੜ ਨਹੀਂ ਪਈ। ਕਹਿ ਕਬੀਰ ਸੋ ਪਰ ਮੈਂ ਨਾਹੀਂ, ਉਹ ਵਿਅਕਤੀ ਭਰਮ ਵਿੱਚ ਨਹੀਂ ਪਏਗਾ, ਉਹ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪਏਗਾ ਜਿਹੜਾ ਪਗ ਲਗ ਰਾਮ ਰਹਿ ਸਰਨਾਹੀ। ਜਿਹੜਾ ਪਗ ਮਿਣਤ ਹੈ ਜੋ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਵੇ, ਔਰ ਰਾਮ ਦੀ ਸ਼ਰਨ ਵਿੱਚ ਰਵੇ, ਵਾਹਿਗੁਰੂ ਦੀ ਸ਼ਰਨ ਵਿੱਚ ਰਵੇ, ਸਾਸਨ ਵਿੱਚ ਆ ਕੇ ਉਹਦਾ ਸਿਮਰਨ ਕਰੇ, ਉਹਦੇ ਚਰਨਾਂ ਨਾਲ ਜੁੜ ਜਾਏ, ਤਾਂ ਸਮਝੋ ਉਹਦਾ ਜੀਵਨ ਦਾ ਆਦਰਸ਼ ਪੂਰਾ ਹੋ ਗਿਆ, ਉਸਨੂੰ ਪ੍ਰਭੂ ਨਾਲ ਜੁੜਨ ਦਾ ਅਵਸਰ ਪ੍ਰਾਪਤ ਹੋ ਗਿਆ। ਉਂਝ ਗਿਣਤੀਆਂ ਮਿੱਤੀਆਂ ਵਿੱਚ ਬੈਠ ਕੇ ਰੱਬ ਦੀ ਭਾਲ ਜੇ ਕਰਨ ਲੱਗੀਏ ਤਾਂ ਉਹ ਨਹੀਂ ਮਿਲਦਾ, ਕਿਉਂਕਿ ਕੋਈ ਵੀ ਨਹੀਂ ਕਰ ਸਕਿਆ, ਨਾ ਗਲਤ ਕਰ ਸਕੇ ਹਨ, ਨਾ ਸੰਤ ਵੱਡੇ ਵੱਡੇ ਗਿਆਨੀ ਕਰ ਸਕੇ ਹਨ। ਉਹ ਸਾਧ ਸੰਗਤ ਸਾਡੇ ਅਤੇ ਮਹਾਰਾਜ ਜੀ ਕਿਰਪਾ ਕਰਨ, ਅਸੀਂ ਸਤਸੰਗ ਵਿੱਚ ਆਈਏ, ਸਤਸੰਗ ਵਿੱਚ ਆ ਕੇ ਨਾਮ ਅਤੇ ਸਿਮਰਨ ਨਾਲ ਜੁੜੀਏ, ਪ੍ਰਭੂ ਦੇ ਚਰਨਾਂ ਦੇ ਨਾਲ ਜੁੜੀਏ, ਸਰਨਾਹੀ ਪ੍ਰਭੂ ਦੀ ਸ਼ਰਨ ਵਿੱਚ ਜੁੜੀਏ, ਤਾਂ ਕਿ ਸਾਨੂੰ ਪ੍ਰਭੂ ਦਾ ਪ੍ਰੇਮ ਪ੍ਰਾਪਤ ਹੋਵੇ, ਉਹਦੇ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਵੇ, ਔਰ ਅਸੀਂ ਹਰ ਪ੍ਰਕਾਰ ਦੀ ਭਟਕਣ ਤੋਂ ਮੁਕਤ ਹੋ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।